हाँ जी, तुहानू मैं एक चीज़ दिखाना। आ गड्डी लिती है साढ़े भरा ने आ वाली, साढ़े तो सेंटर वो कहें इनू, तो इतने ये गड्डी का नाम है की नाम है गड्डी का? अमीको। अपने सेंटर है इतने नाम है, नाम ही कोई नहीं भरा इतने सिकर तार लगता ये सेंटर ही ला लो बस सेंटर है। अच्छा किन्ने की पी गड्डी आपको? 1200 की। इंश्योरेंस कितनी आई थी? नहीं 150 महीने की ना, साल की कितनी आई? अच्छा 2000 की इंश्योरेंस है तो 1200 की गड्डी है, तो मंथली पे करते हैं कितना? खुल पहले जेड़ा सी मैं करवाया सी, ऐसे तीन तरह की इंश्योरेंस होंगे है ना। अच्छा एक तो कंप्रीहेंसिव है ना, कंप्रीहेंसिव से तुहाडा खुद भी कवर होंगे, दूसरा भी कवर होंगे, वो महंगी पैंदी है थोड़ी। अच्छा तो एक थर्ड पार्टी कार एंड थेफ्ट से थर्ड पार्टी ओनली, इधर या दोनों जगह कोई फर्क नहीं है ना, दोनों सेम ही ने। एक कितनी? 100। तो अगर मैं कंप्रीहेंसिव करवाऊँ फिर मेरी सी 240। अच्छा तो अगर मैं थर्ड पार्टी है ना कार एंड थेफ्ट से फिर 170। अच्छा तो क्योंकि अगर शुरू शुरू अगर तुम वेला तो फिर थर्ड पार्टी बेस्ट है, क्योंकि तुम दूसरे को कवर कर लो ही बड़ा है। बधाई हो कॉन्ग्रेचुलेशन पहली गड्डी लैन ली है ना, सोनी है यार वधिया। चलो चढ़ी गल मतलब 1200 की नहीं, 1800 इंश्योरेंस साल दी और 1200 की गड्डी है, 3000 रुपए साल दी ला लो। हां 1800 ते 3000 रुपए पैगी। देख लो जी ये गड्डी बड़ा महंगा खर्चा पई पर है के गड्डी है के, तो फिर ਤੁਸੀਂ ਕੰਮ ਹੋਰ ਕਰ ਸਕਦੇ ਹੋ। हां टाइम बचाना ਪੈਂਦਾ ਹੈ ਨਾ, टाइम बचाओगे फिर काम करोगे तो ਬੇਨੀ ਤੁਸੀਂ ਨਹੀਂ। ਵਧੀਆ ਯਾਰ ਸੰਗਾ, ਇਹ ਵੀ ਇਨਫੋਰਮੇਸ਼ਨ ਹੈ ਜੀ, ਬਹੁਤ ਵਧੀਆ ਲੱਗਾ। ਥੈਂਕ ਯੂ ਭਾਜੀ, ਇਦਾਂ ਦੀ ਆਪਾਂ ਵੀਡੀਓ ਬਣਾਉਂਦੇ ਰਹਿਣਾ ਤੇ ਲੋਕਾਂ ਨੂੰ ਦੱਸਦੇ ਰਹਿਣਾ ਭਾਈ ਇੱਥੇ ਗੱਡੀ ਗੁੱਡੀ ਲੈ ਸਕਦੇ। ਇਹ ਵੀ ਪਹਿਲਾਂ ਮੇਰੇ ਕੋਲ ਗੱਡੀ ਹੁੰਦੀ ਸੀ ਇਹ ਵਾਲੀ ਦੂਜੇ ਲਈ। ਆਈ ਗੋ। ਚਲੋ ਜੀ ਹੋ ਗਈ ਬ੍ਰੇਕ ਖਤਮ, ਹੋ ਜਾਓ ਸ਼ੁਰੂ ਕੰਮ ਫਿਰ ਦੁਬਾਰਾ। ये स्क्रीन प्रोटेक्टर है, स्नोद भी वधिया ना, ਤੁਸੀਂ ਲਾਉਂਦੇ ਹੋ ਲਾਦਾ ਯਾਰ? ਮੈਂ ਤਾਂ ਰਾਤੀ ਲਾ ਕੇ ਅੰਦਾ ਕਿ ਬਾਹਰ ਗੱਡੀ ਖਲੋਤੀ ਹੁੰਦੀ। ਅੱਛਾ ਵੇੜੇ ਇਹ ਵਧੀਆ ਸਕਾ ਭਾਜੀ, ਹਾਂ ਇਹਨੂੰ ਲਾ ਸਕਦਾ ਤੁਹਾਡੇ ਤੇ ਬੜਾ ਫਿੱਟ ਆਉਣਾ। ਮੈਂ ਭਾਜੀ ਕਿੱਥੋਂ ਕਲਿੱਤਾ ਹੈ ਇਹ, ਕਿੱਥੋਂ ਲੈ ਕੇ ਆਏ ਹੋ? ਮੈਂ ਤਾਂ ਲਿਟਰ ਤੋਂ ਲਿਆ। ਕਿੰਨੇ ਦਾ ਆਇਆ? ਨਾ ਪੂਰੀ ਹੈ ਨਹੀਂ, ਫਿਰ ਵੀ ਕਿੰਨੇ ਦਾ ਆਇਆ ਅੰਦਾਜ਼ਾ? ਕੁਝ ਵੀ ਨਹੀਂ ਹੈ। ਫਿਰ ਵੀ ਅੰਦਾਜ਼ਾ ਦੱਸੋ ਭਾਜੀ। ਨਹੀਂ ਨਹੀਂ ਇਹ ਸਹੀ ਗੱਲ ਨਹੀਂ। ਚਲੋ ਮੈਂ ਇਹਨੂੰ ਯੂਜ਼ ਕਰਦਾ। सूरज लेकिन सारे बंद मैं अपने जितने वेखे सारे बर्फ के धड़े गत्ते लाने ठीक है मिला लाना पता की पूरा स्क्रीन ध्यान है मेरा, देखो ਤੁਹਾਡੇ ਪੂਰਾ ਆ ਜਾਂਦਾ ਹੈ ਮੇਰੇ ਛੋਟੇ ਹੋਰ ਤੁਹਾਡੇ ਠੀਕ ਹੈ। ਐਡੂ ਦੇ ਵਿੱਚ ਭਾਵੇਂ ਜੇ ਇੱਕ ਦਿਲ ਕਰਦਾ ਤੇ ਐ ਦਾ ਸ਼ੀਸ਼ਾ ਦਾ ਸ਼ੀਸ਼ਾ ਅੰਦਰ ਅੰਦਰ ਸਾਈਡ ਤੇ ਪਾ ਲਓ ਇਹਨੂੰ ਬਿਲਕੁਲ ਐ ਚੁੱਕੇ ਸ਼ੀਸ਼ਾ। ਤੇ ਖੋਲ ਦੇ ਨਾਲ ਹੀ ਬਾਹਰ ਨਹੀਂ। ਭਾਜੀ ਨੇ ਬੜਾ ਸੋਹਣਾ ਗਿਫਟ ਦਿੱਤਾ ਯਾਰ ਜੀ, ਨਹੀਂ ਵਧੀਆ ਭਾਜੀ। ਮੈਂ ਲੱਭਦਾ ਪਿਆ ਸੀਗਾ, ਮੈਂ ਕਿਹਾ ਚਲੋ ਮੈਂ ਅੱਜ ਹੀ ਗੱਲ ਕਰਦਾ ਸੀ ਜਰਨੈਲ ਦੇ ਨਾਲ ਨਾ, ਤੇ ਇਹ ਮੈਂ ਤੇ ਲਾਰਨਾ ਦੇ ਮਨ ਨੂੰ ਬੜਾ ਸੋਹਣਾ ਤੇ ਨਹੀਂ ਠੀਕ ਹੈ ਇਹ ਵਧੀਆ ਸਗਾ ਵਧੀਆ ਲੱਗਾ ਮੈਨੂੰ, ਮੈਂ ਸਾਹਮਣੇ ਦੇਖਾਂ ਨਹੀਂ ਵਧੀਆ ਭਾਜੀ ਇਹ ਸਹੀ ਕਿੰਨੇ ਲੱਗੇ ਹੋਣ ਸੁਭਾ ਤੂੰ ਲਾੜਾ ਨਹੀਂ ਪਾਣੀ ਪਾਣਾ ਨਹੀਂ ਕੋਈ ਗੱਲ ਨਾ ਬਾਤ ਸਹੀ ਗੱਲ ਹੈ ਨਹੀਂ ਤਾਂ ਸਵੇਰ ਸਵੇਰ ਜੰਮੀ ਹੁੰਦੀ ਬਰਫ਼ ਜੀ ਪਤਾ ਹੈ ਰੋਲਾ ਹੀ ਪਾਣਾ ਵਾਲਾ ਨਹੀਂ ਵਧੀਆ ਭਾਜੀ ਇਹ ਠੀਕ ਹੈ ਨਹੀਂ ਮੈਂ ਆਪ ਸਗਾ ਇਹਨੂੰ ਯੂਜ਼ ਕੀਤਾ ਤੇ ਸਵੇਰ ਆ ਦੇਖੋ ਨਾ ਕੀ ਹਾਲਤ ਹੋ ਜਾਂਦਾ ਹੈ ਜੰਮ ਜਾ ਜਾਂਦਾ ਤੇਰਾ ਜੰਮ ਜਾ ਜਾਂਦਾ ਚਲੋ ਬਾਰ ਬਾਰ ਕਿਤੇ ਉਹ ਨਹੀਂ ਲਾਸ ਸਹੀ ਗੱਲ ਹੈ ਚਲੋ ਠੀਕ ਹੈ यूज करांगे नू है ना आ, नहीं छड़ दो इनू बस। थैंक यू भाजी, ये साधु भाजी ने गिफ्ट किया बर्फ।
ਤੂੰ ਦੇਖਿਆ ਇਹ ਪਤਾ ਕੀ ਜਿੱਦਾਂ ਸਨੋਅ ਵਗੈਰਾ ਪੈਂਦੀ ਨਾ ਲੀਡਲ ਤੋਂ ਮਿਲ ਜਾਂਦਾ ਦੱਸਿਆ ਤਾਂ ਭਾਅ ਜੀ ਨੇ ਵੈਸੇ ਹੈ ਨਹੀਂ ਕਿੰਨੇ ਦਾ ਅਤੇ ਵਧੀਆ ਸਗਾ ਸੋ ਅੱਜ ਵੀ ਆਪਾਂ ਕਰ ਲਈ ਫਿਨਿਸ਼ ਆਪਾਂ ਚੱਲੇ ਹਾਂ ਜੀ ਹੁਣ ਜਨੈਲ ਸਾਹਿਬ ਗਏ ਨੇ ਬੈਠ ਆਪਾਂ ਚੱਲਦੇ ਹਾਂ ਹੁਣ ਆਪਣੇ ਘਰ ਚਲੋ ਜੀ ਹਾਂਜੀ ਬਹੁਤ ਸ਼ਿਫਟ ਲੱਗ ਗਈ ਸ਼ਿਫਟ ਲੱਗ ਗਈ ਕਮਾ ਲਏ ਪੈਸੇ ਜਨੈਲ ਵੀਰੇ ਆ ਦੇਖੋ ਅੱਛੀ ਦੁਬਾਰਾ ਇਹ ਜ਼ਫਰ ਭਾਈ ਨੇ ਗਿਫਟ ਕੀਤਾ ਯਾਰ ਆਪਾਂ ਨੂੰ ਬੜੀ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਨਾ ਕਹਿੰਦੇ ਕਿ ਅਲਟੀਮੇਟ ਸਪੀਡ ਆਹ ਫੋਟੋ ਵਾਇਰ ਸਕ੍ਰੀਨ ਪ੍ਰੋਟੈਕਟਰ ਅੱਛਾ ਧੰਨਵਾਦ ਜੀ।